ਦੇ ਪੱਤਾ ਹਲਦੀ ਘੱਟ ਹੀ ਹੈ ਸੀ ਜ਼ਿਆਦਾ ਨਹੀਂ ਪਾਣੀ ਦੋ ਚਮਚੇ ਪਹਿਲਾਂ ਪਾਉਂਦੇ ਹਾਂ ਕਲਰ ਹੀ ਚੇਂਜ ਹੋ ਗਿਆ ਨਾ ਤਿੰਨ ਮਿੰਟ ਹੋ ਗਏ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਵਾਂਗੇ ਸ਼ਾਹੀ ਪਨੀਰ ਸ਼ਾਹੀ ਪਨੀਰ ਬਹੁਤ ਹੀ ਸੌਖਾ ਬਣਦਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ 250 ਗ੍ਰਾਮ ਪਨੀਰ ਲਿਆ ਦੋ ਛੋਟੇ ਪਿਆਜ਼ ਬਰੀਕ ਕੁੱਟੇ ਹੋਏ ਨੇ ਲਸਣ ਅਤੇ ਅਦਰਕ ਦੀ ਮੈਂ ਪੇਸਟ ਕੀਤੀ ਹੋਈ ਹੈ ਕੁੱਟ ਕੇ ਗ੍ਰੈਂਡ ਕਰ ਲਈ ਹੈ ਦੋ ਤੇਜ਼ ਪੱਤਾ ਤਿੰਨ ਲੌਂਗ ਦਾਲਚੀਨੀ ਦੋ ਹਰੀ ਇਲਾਚੀ ਦੋ ਟਮਾਟਰ ਇਹਨੂੰ ਮੈਂ ਬਰੀਕ ਕਰ ਲਏ ਮਿਕਸਚਰ 'ਚ ਕਰਕੇ ਤੂਰੀ ਬਣਾ ਲਈ ਦੀ ਥੋੜ੍ਹੀ ਜਿਹੀ ਮੈਂ ਚੀਨੀ ਪਾਵਾਂਗੀ ਜੋ ਬਣਾ ਲੱਗਿਆ ਤੁਹਾਨੂੰ ਮੈਂ ਸਾਰਾ ਸਮਾਨ ਦੱਸਾਂਗੀ ਦੁਬਾਰਾ ਜੀਰਾ ਪੀਸਿਆ ਹੋਇਆ ਮੇਥੀ ਧਨੀਆ ਆਪਣੀ ਕਰੀਮ ਤੇਲ ਸਬਜ਼ੀ ਬਣਾਉਣ ਵਾਸਤੇ ਅਤੇ ਥੋੜ੍ਹਾ ਜਿਹਾ ਮੈਂ ਪਾਣੀ ਲਿਆ ਜੋ ਮਤਲਬ ਜਿੰਨਾ ਕੁ ਚਾਹੀਦਾ ਹੈਗਾ ਪਾਵਾਂਗੇ ਆਪਾਂ ਦੋ ਚਾਰ ਚਮਚੇ ਅਤੇ ਨਮਕ ਲਿਆ ਜੀਰਾ ਧਨੀਆ ਲਾਲ ਮਿਰਚ ਅਤੇ ਹਲਦੀ ਸ਼ੁਰੂ ਕਰਨੇ ਹਨ ਅਸੀਂ ਸਭ ਤੋਂ ਪਹਿਲਾਂ ਕੜਾਹੀ ਧਰਨੀ ਹੈ ਮੈਂ ਗੈਸ ਔਨ ਕਰਨੀ ਹੈ ਕੜਾਹੀ ਸਾਡੀ ਗਰਮ ਹੋ ਗਈ ਹੁਣ ਅਸੀਂ ਤੇਲ ਪਾਉਂਦੇ ਹਾਂ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਆਪਣੀ ਮਰਜ਼ੀ ਨਾਲ ਜੋ ਵੀ ਘਰ 'ਚ ਵਰਤਦੇ ਹੋ ਦੋ ਵੱਡੇ ਚਮਚੇ ਮੈਂ ਤੇਲ ਦੇ ਲਵਾਂਗੀ ਤੇਲ ਸਾਡਾ ਗਰਮ ਹੋ ਗਿਆ ਹੁਣ ਮੈਂ ਥੋੜ੍ਹਾ ਜਿਹਾ ਜੀਰਾ ਪਾਉਂਦੀ ਹਾਂ ਜੀਰਾ ਹੁਣ ਮੈਂ ਖੜ੍ਹੇ ਮਸਾਲੇ ਪਾ ਰਹੀ ਹਾਂ ਦੋ ਤੇਜ਼ ਪੱਤਾ ਦਾਲਚੀਨੀ ਹਰੀ ਇਲਾਚੀਆਂ ਤਿੰਨ ਲੌਂਗ ਹੁਣ ਮੈਂ ਪਾਵਾਂਗੀ ਪਿਆਜ਼ ਕੁੱਟੇ ਹੋਏ ਬਰੀਕ ਦੋ ਤਿੰਨ ਮਿੰਟ ਹੋ ਗਏ ਨੇ ਪਿਆਜ਼ ਮੇਰੇ ਲਾਲ ਹੋ ਚੱਲੇ ਨੇ ਅਤੇ ਗੈਸ ਮੈਂ ਘੱਟ ਕਰ ਲੈਂਦੀ ਹਾਂ ਥੋੜ੍ਹਾ ਜਿਹਾ ਅਤੇ ਹੌਲੀ ਹੌਲੀ ਸਾਡੇ ਪਿਆਜ਼ ਲਾਲ ਹੋਣ ਹੁਣ ਮੈਂ ਪਾ ਦਿੰਦੀ ਹਾਂ ਅਦਰਕ ਲਸਣ ਦੀ ਪੇਸਟ ਇਹਨੂੰ ਪਹਿਲਾਂ ਜੇ ਭੁੱਲ ਬਿਲਕੁਲ ਬਰੀਕ ਕੀਤੀ ਹੋਈ ਨਾ ਜੇ ਅਸੀਂ ਪਹਿਲਾਂ ਇਹਨੂੰ ਭੁੱਲੀਏ ਤਾਂ ਫਿਰ ਕੌੜੀ ਹੋ ਜਾਂਦੀ ਹੁਣ ਅਸੀਂ ਦੋ ਤਿੰਨ ਮਿੰਟਾਂ ਨੂੰ ਭੁੰਨਾਂਗੇ ਰਾਜੂ ਪੀਸ ਲੈਂਦੀ ਹਾਂ ਪਾਣੀ 'ਚ ਭੇਗ ਰੱਖੀ ਨੀ ਨਾਲੇ ਦੋ ਤਿੰਨ ਪਾਣੀ ਧੋ ਕੇ ਰੱਖੇ ਸੀ ਮੈਂ ਅਤੇ ਫਿਰ ਸਾਫ਼ ਹੋ ਜਾਣਗੇ ਅਤੇ ਜਿਹੜੇ ਆਪਣੇ ਇਕੱਲੇ ਇਕੱਲੇ ਹੋ ਜਾਣਗੇ ਸਾਫ਼ ਹੋ ਜਾਣਗੇ ਪਤਾ ਲੱਗ ਜਾਂਦਾ ਕੋਈ ਖਰਾਬ ਨਾ ਹੋ ਜਾਵੇ ਹੁਣ ਇਹਨੂੰ ਭੇਣੀ ਜ਼ਰੂਰੀ ਧੋ ਕੇ 15-20 ਮੈਂ ਮਸਾਲਾ ਸਾਡਾ ਭੁੱਜ ਗਿਆ ਚੰਗੀ ਤਰ੍ਹਾਂ ਹੁਣ ਟਮਾਟਰ ਵੀ ਦੋ ਤਿੰਨ ਮਿੰਟ ਹੋ ਗਏ ਨੇ ਹੁਣ ਅਸੀਂ ਐਡ ਕਰਨੇ ਹਾਂ ਸਾਰਾ ਸਮਾਨ ਹਲਦੀ ਅੱਧਾ ਚਮਚ ਅੱਧੇ ਪੱਤਾ ਹਲਦੀ ਘੱਟ ਹੀ ਹੈ ਅਸੀਂ ਜ਼ਿਆਦਾ ਨਹੀਂ ਪਾਣੀ ਅੱਧਾ ਚਮਚ ਨਮਕ ਲਾਲ ਮਿਰਚ ਪਾਊਡਰ ਗਰਮ ਮਸਾਲਾ ਥੋੜ੍ਹਾ ਜਿਹਾ ਹੁਣ ਅਸੀਂ ਹੁਣ ਮੈਂ ਐਡ ਕਰਨੀ ਆ ਆਪਾਂ ਜਿਹੜੇ ਕਾਜੂ ਨੇ ਗ੍ਰੈਂਡ ਕੀਤੇ ਹੋਏ ਉਹ ਪਾਉਂਦੇ ਹਾਂ ਦੇਖਣਾ ਹੁਣ ਇਹਦਾ ਕਲਰ ਚੇਂਜ ਹੋ ਜਾਣਾ ਥੋੜ੍ਹਾ ਜਿਹਾ ਗ੍ਰੇਵੀ ਦਾ ਗੈਸ ਮੈਂ ਥੋੜ੍ਹਾ ਤੇਜ਼ ਕਰ ਲੈਂਦੀ ਹਾਂ ਧਨੀਆ ਥੋੜ੍ਹੀ ਜਿਹੀ ਪੀਸੀ ਹੋਈ ਚੀਨੀ ਅੱਧਾ ਚਮਚ ਕਿਉਂਕਿ ਇਹ ਸ਼ਾਹੀ ਪਨੀਰ ਇਹ ਮਿੱਠਾ ਹੀ ਬਣਦਾ ਹੈ ਇਹ ਇੰਨਾ ਤੇਜ਼ ਨਹੀਂ ਹੁੰਦਾ ਹਰੀ ਮਿਰਚ ਮੈਂ ਇਸ ਕਰਕੇ ਨਹੀਂ ਪਾਈ ਜੇ ਤੁਸੀਂ ਹਰੀ ਮਿਰਚ ਪਾਉਣੀ ਚਾਹੁੰਦੇ ਹੋ ਤੁਹਾਨੂੰ ਪਸੰਦ ਹੋਵੇ ਤੁਸੀਂ ਪਾ ਸਕਦੇ ਹੋ ਕਿਉਂਕਿ ਮੈਂ ਕਾਲੀ ਮਿਰਚ 'ਚ ਮਸਾਲਾ ਸਭ ਤੇਜ਼ ਹੀ ਹੈ ਇਹ ਲਾਈਟ ਪਾਈਦਾ ਆ ਜੀਰਾ
ਸ਼ਾਹੀ ਪਨੀਰ ਵਿੱਚ ਸ਼ਾਹੀ ਮਿੱਠਾ ਹੁੰਦਾ ਹੈ। ਜੇ ਮਸਾਲਾ ਪਾਲੇ ਮਸਾਲੇ ਸਾਰਾ ਸਮਾਨ ਹੈਗਾ। ਹੁਣ ਮੈਂ ਪਾਵਾਂਗੀ ਥੋੜ੍ਹੀ ਮੇਥੀ। ਦੇਖੋ ਮੇਥੀ ਬਹੁਤ ਵਧੀਆ ਫੇਵਰੇਟ ਆਉਂਦਾ ਅਤੇ ਬਹੁਤ ਸੋਹਣੀ ਲੱਗਦੀ ਹੈ ਅਤੇ ਟੇਸਟ ਵੀ ਹੁੰਦਾ ਸਵਾਦ ਵੀ ਲੱਗਦੀ ਹੈ। ਹੁਣ ਮੈਂ ਥੋੜ੍ਹਾ ਜਿਹਾ ਪਾਣੀ ਐਡ ਕਰਨੀ ਆ, ਇੱਕ ਦੋ ਚਮਚ, ਅਤੇ ਜਿਹੜੀ ਗ੍ਰੇਵੀ ਚੰਗੀ ਤਰ੍ਹਾਂ ਸਾਡੀ ਵਧੀਆ ਬਣ ਜਾਵੇ। ਘੁਲ ਕੇ ਸਾਰਾ ਮਸਾਲੇ ਮਿਕਸ ਹੋ ਜਾਣ ਅਤੇ ਘੁਲ ਕੇ ਅਤੇ ਦੋ ਤਿੰਨ ਮਿੰਟ ਹੁਣ ਮੈਂ ਇਹਨੂੰ ਕਵਰ ਕਰਨੀ ਆ, ਕਿਉਂਕਿ ਉਹ ਦੋ ਤਿੰਨ ਮਿੰਟ ਮੈਂ ਭੁੰਨਾਂਗੀ। ਜੇ ਮਸਾਲਾ ਸਾਡਾ ਭੁੱਜ ਗਿਆ ਤਾਂ ਤੇਲ ਉੱਪਰ ਆ ਗਿਆ, ਫਿਰ ਪਤਾ ਲੱਗ ਜਾਂਦਾ ਮਸਾਲਾ ਸਾਡਾ ਅੱਛੀ ਤਰ੍ਹਾਂ ਭੁੱਜ ਗਿਆ, ਅਤੇ ਫਿਰ ਅਸੀਂ ਪਨੀਰ ਪਾਵਾਂਗੇ ਅਤੇ ਬਾਅਦ 'ਚ ਕਰੀਮ ਪਾਵਾਂਗੇ। ਤਿੰਨ ਮਿੰਟ ਹੋ ਗਏ ਨਾ, ਮੈਂ ਢੱਕਣ ਚੁੱਕ ਕੇ ਦੇਖਦੀ ਹਾਂ ਮਸਾਲਾ ਭਾਤ ਬਣੀ। ਮਸਾਲਾ ਸਾਡਾ ਬਿਲਕੁਲ ਮਿਕਸ ਹੋ ਗਿਆ, ਦੇਖਣਾ, ਕਿਉਂਕਿ ਇਹਦੇ ਉੱਪਰ ਤੇਲ ਵੀ ਨਹੀਂ ਆਉਣਾ ਚਾਹੀਦਾ ਨਾ ਜ਼ਿਆਦਾ, ਉੱਪਰ ਤੇਲ ਵੀ ਹਿਸਾਬ ਨਾਲ ਪਾਉਣਾ ਆਪਾਂ, ਕਿਉਂਕਿ ਆਪਾਂ ਕਈ ਵਾਰ ਰੈਸਟੋਰੈਂਟ 'ਚ ਆਪਾਂ ਖਾਣਾ ਖਾਣ ਜਾਂਦੇ ਹਾਂ ਅਤੇ ਉੱਥੇ ਸ਼ਾਹੀ ਪਨੀਰ ਇਸੇ ਤਰੀਕੇ ਦਾ ਇਸੇ ਕਲਰ ਦਾ ਬਣਿਆ ਹੁੰਦਾ। ਸ਼ਾਹੀ ਪਨੀਰ ਦੇ ਉੱਪਰ ਤੇਲ ਨਹੀਂ ਹੋਣਾ ਚਾਹੀਦਾ, ਜਿਹੜੀ ਇਹਦੀ ਆਪਣਾ ਗ੍ਰੇਵੀ ਹੈ ਬਿਲਕੁਲ ਮਿਕਸ ਹੋਣੀ ਚਾਹੀਦੀ। ਹੁਣ ਥੋੜ੍ਹੀ ਜਿਹੀ ਮੈਂ ਕਰੀਮ ਐਡ ਕਰਨੀ ਆ, ਦੋ ਕੁ ਚਮਚੇ ਪਹਿਲਾਂ ਪਾਉਂਦੀ ਹਾਂ। ਕਲਰ ਹੀ ਚੇਂਜ ਹੋ ਗਿਆ ਨਾ, ਕੱਚੀ ਨਹੀਂ ਹੋਣੀ ਚਾਹੀਦੀ ਚੰਗੀ ਤਰ੍ਹਾਂ। ਹੁਣ ਇੱਕ ਦੋ ਮਿੰਟ ਮੈਂ ਕਵਰ ਕਰਨੀ ਆ ਅਤੇ ਚੰਗੀ ਤਰ੍ਹਾਂ ਪਕਾਉਣੀ ਆ। ਜੇ ਪੱਕ ਜਾਏਗਾ ਤਾਂ ਫਿਰ ਸਾਡਾ ਸਾਰਾ ਉੱਪਰ ਤੇਲ ਤੂਲ ਆ ਜਾਏਗਾ ਨਾ, ਫਿਰ ਪਤਾ ਲੱਗ ਜਾਣਾ ਵੀ ਸਾਡਾ ਚੰਗੀ ਤਰ੍ਹਾਂ ਮਸਾਲਾ ਤਿਆਰ ਹੋ ਗਿਆ। ਤੁਸੀਂ ਜ਼ਿਆਦਾ ਗ੍ਰੇਵੀ ਮੋਟੀ ਖਾਣੀ ਪਸੰਦ ਕਰਦੇ ਹੋ ਤਾਂ ਤੁਸੀਂ ਮੋਟੀ ਬਣਾ ਲਓ, ਜੇ ਤੁਸੀਂ ਮਤਲਬ ਗ੍ਰੇਵੀ ਮੇਰੀ ਤਿਆਰ ਦੇਖੋ ਮੋਟੀ ਹੈ ਅਤੇ ਮੇਰਾ ਇਰਾਦਾ ਹੈ ਕਿ ਇੱਕ ਚਮਚ ਕੜਛੀ ਕੁ ਪਾਣੀ ਹੋਰ ਪਾ ਲਓ, ਕਿਉਂਕਿ ਫਿਰ ਜੰਮ ਜਾਣੀ ਹੈ। ਕਈ ਵਾਰ ਅਸੀਂ ਮੋਟੀ ਰੱਖੀ ਫਿਰ ਬਹੁਤ ਜੰਮ ਜਾਂਦੀ, ਦੋ ਤਿੰਨ ਮਿੰਟ ਰੱਖੋ ਠੰਡੀ ਹੋਣ ਦੀ ਜੰਮ ਜਾਣੀ ਹੈ, ਅਤੇ ਥੋੜ੍ਹਾ ਜਿਹਾ ਪਾਣੀ ਐਡ ਕਰਨੀ ਆ ਕੜਛੀ ਸਾਰਾ ਨਾ, ਅਤੇ ਦੋ ਚਾਰ ਮਿੰਟ ਇਹਨੂੰ ਮੈਂ ਹੋਰ ਚੰਗੀ ਤਰ੍ਹਾਂ ਪਕਾਉਂਦੀ ਹਾਂ, ਨਾਲੇ ਮੇਰਾ ਮਸਾਲਾ ਵਧੀਆ ਤਰੀਕੇ ਨਾਲ ਪੱਕ ਜਾਏਗਾ ਨਾਲ ਥੋੜ੍ਹੀ ਜਿਹੀ, ਕਿਉਂਕਿ ਆਪਾਂ ਪਨੀਰ ਐਡ ਕਰਨਾ ਨਾ ਅਤੇ ਫਿਰ ਬਹੁਤ ਮੋਟੀ ਸੰਘਣੀ ਹੋ ਜਾਣੀ ਹੈ, ਤੁਹਾਡੀ ਆਪਣੀ ਮਰਜ਼ੀ, ਜੇ ਤੁਸੀਂ ਬਹੁਤੀ ਸੰਘਣੀ ਵੀ ਨਹੀਂ ਨਾ ਅੱਛੀ ਲੱਗ ਚੰਗੀ ਲੱਗਦੀ। ਪਨੀਰ ਅਸੀਂ ਹੁਣ ਪਾ ਕੇ ਦੋ ਤਿੰਨ ਮਿੰਟ ਨੂੰ ਹੋਰ ਪਕਾਉਂਦੇ ਹਾਂ ਕਵਰ ਕਰਕੇ, ਦੋ ਤਿੰਨ ਮਿੰਟ ਹੁੰਦੇ ਨੇ, ਉਸ ਤੋਂ ਬਾਅਦ ਦੇਖਦੇ ਹਾਂ ਅਸੀਂ ਕਿ ਜਿਹੜਾ ਸਾਡਾ ਮਸਾਲਾ ਸਾਰਾ ਪਨੀਰ ਦੇ ਵਿੱਚ ਮਿਕਸ ਹੋ ਜਾਏ ਨਾ, ਵਿੱਚ ਰਸ ਜੇ ਲੂਣ ਮਿਰਚ। ਦੋ ਤਿੰਨ ਮਿੰਟ ਹੋ ਗਏ ਨੇ, ਤੇਲ ਉੱਪਰ ਆ ਗਿਆ ਸਾਡਾ, ਜਿਹੜੀ ਮੇਥੀ ਪਾਈ ਅਸੀਂ ਅਤੇ ਮੇਥੀ ਬਿਲਕੁਲ ਉੱਪਰ ਆ ਗਈ ਹੈ, ਤੇਲ ਵੀ ਉੱਪਰ ਆ ਗਿਆ, ਹੁਣ ਸਾਡੀ ਸਬਜ਼ੀ ਤਿਆਰ ਹੋ ਗਈ ਹੈ ਸ਼ਾਹੀ ਪਨੀਰ ਦੀ। ਅਤੇ ਨਾ ਗ੍ਰੇਵੀ ਕਿੰਨੀ ਸੋਹਣੀ ਬਣੀ ਹੈ, ਜਿਹੜੀ ਆਪਣਾ ਕਾਜੂ ਪਾਏ ਨੇ, ਕਾਜੂ ਦੀ ਗ੍ਰੇਵੀ ਬਹੁਤ ਸੋਹਣੀ ਬਣਦੀ ਹੈ, ਮਿੱਠੀ ਮਿੱਠੀ, ਬੱਚੇ ਬਹੁਤ ਪਸੰਦ ਉਹ ਖਾਂਦੇ ਨੇ, ਆਪਾਂ ਚੌਲਾਂ ਨਾਲ ਖਾਣ ਸਕਦੇ ਹਾਂ ਨਾ, ਬਹੁਤ ਸਵਾਦ ਲੱਗਦੀ ਹੈ। ਸ਼ਾਹੀ ਪਨੀਰ ਕਿੰਨਾ ਸੋਹਣਾ ਬਣਿਆ ਸਾਡਾ, ਗ੍ਰੇਵੀ ਕਿੰਨੀ ਮੋਟੀ ਵਧੀਆ ਬਣੀ, ਆਹ ਦੇਖਣਾ ਤੁਸੀਂ ਵੀ ਜ਼ਰੂਰ ਇੱਦਾਂ ਦੇ ਬਣਾਇਓ ਘਰ ਦੇ ਵਿੱਚ।